अफगानिस्तान ਦਾ ਵੱਡਾ ਸ਼ੇਰ ਅਖਵਾਨ ਵਾਲੇ ਤੇ افغانستان ਦੇ ਪੱਛਮੀ ਹੈਰਾਤ ਸੂਬੇ ਵਿੱਚ ਲਗਾਤਾਰ ਤਾਲਿਬਾਨ ਖਿਲਾਫ ਜੰਗ ਲੜ ਰਹੇ ਮੁਹੰਮਦ ਇਸਮਾਇਲ ਖਾਨ ਨਵੀ 13 ਅਗਸਤ ਨੂੰ ਆਖਰਕਾਰ ਆਤਮ ਸਮਰਪਨ ਕਰਨਾ ਪਿਆ ਤਾਲਿਬਾਨ ਨੇ ਪੂਰੇ افغانستان ਤੋਂ ਬਾਅਦ ਰਾਜਧਾਨੀ ਕਾਬੁਲ ਤੇ ਵੀ ਆਪਣਾ ਕਬਜ਼ਾ ਜਮਾ ਲਿਆ ਐਤਵਾਰ ਨੂੰ افغانستان ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਨੇ ਕਬਜ਼ਾ ਕੀਤਾ ਉਸ ਮਗਰੋਂ ਕਾਬੁਲ ਦੇ ਹਾਮਿਦ ਕਰਜ਼ਈ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਸੀ ਲੋਕ ਕਿਸੇ ਵੀ ਹਾਲ ਵਿੱਚ ਫਲਾਈਟ ਵਿੱਚ ਚੜਨਾ ਚਾਹੁੰਦੇ ਸੀ ਉਧਰ ਤਾਲਿਬਾਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਲਈ ਕੰਮ ਕਰਨਗੇ ਹੁਣ ਜਾਣ ਲੈਂਦੇ ਹਾਂ ਕਿ ਇਹ ਅਫਗਾਨਿਸਤਾਨ ਦਾ ਬੁੱਢਾ ਸ਼ੇਰ ਹੈ ਕੌਣ ਮੁਹੰਮਦ ਇਸਮਾਇਲ ਖਾਨ ਜੰਗ ਦੇ ਮੈਦਾਨ ਦਾ ਉਹ ਪੁਰਾਣਾ ਨਾਂ ਹੈ ਜੋ ਅਫਗਾਨਿਸਤਾਨ ਦੇ ਹਰਾਤ ਸੂਬੇ ਦੀ ਲੜਾਈ ਵਿੱਚ ਇੱਕ ਮੁੱਖ ਚਿਹਰੇ ਵਜੋਂ ਉਭਰਿਆ ਪਿਛਲੇ ਕੁਝ ਹਫ਼ਤਿਆਂ ਵਿੱਚ ਖਾਨ ਨੇ ਹਥਿਆਰ ਚੁੱਕ ਕੇ ਤਾਲਿਬਾਨ ਦੇ ਵਿਰੁੱਧ ਫੌਜੀ ਕਾਰਵਾਈ ਦੀ ਅਗਵਾਈ ਕੀਤੀ। ਨਤੀਜੇ ਵਜੋਂ ਬਹੁਤ ਸਾਰੀਆਂ ਅਫਗਾਨ ਖਬਰ ਏਜੰਸੀਆਂ ਨੇ ਹਿਰਾਤ ਸ਼ਹਿਰ ਦੇ ਬੱਚੇ ਰਹਿਣ ਦਾ ਸੇਰਾ ਖਾਨ ਅਤੇ ਉਹਨਾਂ ਦੇ ਲੜਾਕਿਆਂ ਦੇ ਸਿਰ ਬਣਿਆ। ਅਖਬਾਰ ਅਰਮਾਨ ਨੇ ਮੇਲੀ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਸੀ ਜੇ ਆਮੀਰ ਇਸਮਾਇਲ ਖਾਨ ਅਤੇ ਉਹਨਾਂ ਦੀ ਕਮਾਂਡ ਵਿੱਚ ਕੰਮ ਕਰਨ ਵਾਲੇ ਲੋਕ ਉਹਨਾਂ ਪ੍ਰਤੀ ਵਫਾਦਾਰ ਨਾ ਹੁੰਦੇ ਤਾਂ ਹਿਰਾਤ ਤਾਲਿਬਾਨ ਦੇ ਕਬਜ਼ੇ ਵਿੱਚ ਹੁੰਦਾ। ਮੁਹੰਮਦ ਇਸਮਾਇਲ ਖਾਨ ਨੂੰ ਉਹਨਾਂ ਦੇ ਸਮਰਥਕ ਬੁੱਢਾ ਸ਼ੇਰ ਕਹਿੰਦੇ ਨੇ ਮੁਹੰਮਦ ਇਸਮਾਇਲ ਖਾਨ ਤਜਕਿਸਤਾਨ ਨਾਲ ਸਬੰਧ ਰੱਖਣ ਵਾਲੇ ਨੇ ਉਹਨਾਂ ਦਾ ਜਨਮ 1946 ਵਿੱਚ ਹੈਰਾਤ ਦੇ ਸ਼ਿੰਦਾਂਦ ਜ਼ਿਲ੍ਹੇ ਵਿੱਚ ਹੋਇਆ ਸੀ ਉਹ ਲੰਬੇ ਸਮੇਂ ਤੋਂ ਜਮiyet-ਏ-ਇਸਲਾਮੀ ਰਾਜਨੀਤਿਕ ਪਾਰਟੀ ਦੇ ਪ੍ਰਮੁੱਖ ਮੈਂਬਰ ਨੇ 1978 ਵਿੱਚ ਅਫਗਾਨ ਫੌਜ ਵਿੱਚ ਇੱਕ ਕਪਤਾਨ ਦੇ ਤੌਰ ਤੇ ਉਹਨਾਂ ਨੇ ਕਾਬੁਲ ਵਿੱਚ ਕਮਿਊਨਿਸਟ ਸਰਕਾਰ ਦੇ ਖਿਲਾਫ ਸਭ ਤੋਂ ਵੱਡੇ ਵਿਦਰੋਹੀ ਯੋਜਨਾ ਬਣਾਈ ਸੀ ਅਤੇ 1979 ਵਿੱਚ ਅਫਗਾਨਿਸਤਾਨ ਤੇ ਸੋਵੀਅਤ ਹਮਲੇ ਤੋਂ ਬਾਅਦ ਉਹ ਇੱਕ ਮੁੱਖ ਮੁਜਾਹਿਦਨ ਕਮਾਂਡਰ ਬਣ ਗਏ 1980 ਦੇ ਦਹਾਕੇ ਤੋਂ ਸੋਵੀਅਤ ਫੌਜ ਦੀ ਵਾਪਸੀ ਤੱਕ ਜ਼ਿਆਦਾਤਰ ਪੱਛਮੀ ਅਫਗਾਨਿਸਤਾਨ ਵਿੱਚ ਉਹਨਾਂ ਨੇ ਇੱਕ ਵੱਡੀ ਮੁਜਾਹਿਦਨ ਫੌਜ ਨੂੰ ਨਿਯੰਤਰਿਤ ਕੀਤਾ 1992 ਤੋਂ ਲੈ ਕੇ 1995 ਤੱਕ ਖਾਨ ਹਿਰਾਤ ਦੇ ਰਾਜਪਾਲ ਰਹੇ ਸੂਬੇ ਤੇ ਤਾਲਿਬਾਨ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਉਹਨਾਂ ਨੂੰ ਈਰਾਨ ਭੱਜਣ ਲਈ ਮਜਬੂਰ ਹੋਣਾ ਪਿਆ ਇਸ ਤੁਰੰਤ ਬਾਅਦ ਤਾਲਿਬਾਨ ਨੇ ਉਹਨਾਂ ਨੂੰ ਬੰਦੀ ਬਣਾ ਲਿਆ ਪਰ ਸਾਲ 2000 ਵਿੱਚ ਉਹ ਭੱਜਣ ਵਿੱਚ ਕਾਮਯਾਬ ਹੋ ਗਏ ਜਿਸ ਤੋਂ ਬਾਅਦ ਉਹ ਤਾਲਿਬਾਨ ਵਿਰੋਧੀ ਉੱਤਰੀ ਗੱਠ ਜੋੜ ਵਿੱਚ ਸ਼ਾਮਲ ਹੋ ਗਏ ਸਾਲ 2001 ਵਿੱਚ ਜਦੋਂ ਅਫਗਾਨਿਸਤਾਨ ਤੇ ਅਮਰੀਕੀ ਹਮਲੇ ਨੇ ਤਾਲਿਬਾਨ ਸ਼ਾਸਨ ਦਾ ਅੰਤ ਕੀਤਾ ਉਹ ਇੱਕ ਵਾਰ ਫੇਰ ਹਿਰਾਤ ਦੇ ਗਵਰਨਰ ਬਣੇ ਖਾਨ ਦੇ ਸਮਰਥਕ ਉਹਨਾਂ ਦੇ ਸ਼ਾਸਨ ਦੌਰਾਨ ਸੂਬੇ ਵਿੱਚ ਜਨਤਕ ਬੁਨਿਆਦੀ ਢਾਂਚੇ ਅਤੇ ਸਰਕਾਰੀ ਸੇਵਾਵਾਂ ਵਿੱਚ ਵੱਡੇ ਸੁਧਾਰਾਂ ਦੀ ਪ੍ਰਸ਼ੰਸਾ ਕਰਦੇ ਨੇ ਪਰ ਇਸ ਦੇ ਨਾਲ ਹੀ ਉਹਨਾਂ ਦੇ ਕੁਝ ਵਿਰੋਧੀ ਵੀ ਨੇ ਜੋ ਬਾਰਡਰ ਟੈਕਸ ਵੱਲੋਂ ਇਕੱਠੀ ਕੀਤੀ ਗਈ ਰਕਮ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਵਿੱਚ ਅਸਫਲ ਰਹਿਣ ਤੇ ਉਹਨਾਂ ਦੀ ਆਲੋਚਨਾ ਕਰਦੇ ਨੇ 2005 ਵਿੱਚ ਹਾਮਿਦ ਕਰਜ਼ਈ ਸਰਕਾਰ ਵਿੱਚ ਖਾਨ ਨੂੰ ਜਲ ਅਤੇ ਊਰਜਾ ਮੰਤਰੀ ਨਿਯੁਕਤ ਕੀਤਾ ਗਿਆ ਸੀ ਸਾਲ 2013 ਵਿੱਚ ਉਹ ਇਸ ਅਹੁਦੇ ਤੇ ਬਣੇ ਰਹੇ 2014 ਵਿੱਚ ਖਾਨ ਅਤੇ ਅਬਦੁਲ ਰੱਬ ਰਸੂਲ ਸੈਫ ਨੇ ਇੱਕ ਸਾਂਝੀ ਟਿਕਟ ਉੱਤੇ ਰਾਸ਼ਟਰਪਤੀ ਦੀ ਚੋਣ ਵੀ ਲੜੀ ਪਰ ਹਾਰ ਗਏ ਪਿਛਲੇ ਕੁਝ ਸਾਲਾਂ ਵਿੱਚ ਅਤੇ ਖਾਸ ਤੌਰ ਤੇ ਅਫਗਾਨਿਸਤਾਨ ਵਿੱਚ ਤਾਲੀਮਾਨ ਦੇ ਹਿੰਸਾ ਵਧਣ ਤੋਂ ਬਾਅਦ ਖਾਨ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੀ ਭੂਮਿਕਾ ਦੀ ਨਿੰਦਾ ਕਰਦੇ ਨੇ ਇੱਕ ਸਥਾਨਕ ਪ੍ਰਾਈਵੇਟ ਟੀਵੀ ਚੈਨਲ ਨੇ 4 ਅਗਸਤ ਨੂੰ ਉਹਨਾਂ ਨੂੰ ਇਹ ਕਹਿੰਦੇ ਹੋਏ ਦਿਖਾਇਆ ਮੈਂ ਅਫਗਾਨਿਸਤਾਨ ਦੇ ਲੋਕਾਂ ਨੂੰ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਹਾਂ ਕਿ ਇਹ ਲੜਾਈ ਤਾਲੀਬਾਨ ਅਤੇ ਅਫਗਾਨਿਸਤਾਨ ਦੀ ਸਰਕਾਰ ਵਿਚਾਲੇ ਨਹੀਂ ਹੈ ਇਹ ਅਫਗਾਨਿਸਤਾਨ ਰਾਸ਼ਟਰ ਦੇ ਖਿਲਾਫ ਪਾਕਿਸਤਾਨ ਦਾ ਯੁੱਧ ਹੈ ਤਾਲੀਬਾਨ ਇੱਕ ਜ਼ਰੀਆ ਹੈ ਅਤੇ ਇੱਕ ਰਾਏ ਦੇ ਸੈਨਿਕਾਂ ਦੀ ਤਰ੍ਹਾਂ ਕੰਮ ਕਰਦੇ ਨੇ ਇਸੀ ਤਰ੍ਹਾਂ ਮਾਰਚ 2017 ਵਿੱਚ ਆਰੀਆਨਾ ਨਿਊਜ਼ ਟੀਵੀ ਚੈਨਲ ਨਾਲ ਗੱਲ ਕਰਦੇ ਆ ਖਾਨ ਨੇ ਕਿਹਾ ਚੰਗਾ ਹੋਵੇਗਾ ਜੇ ਤਾਲੀਬਾਨ ਨੂੰ ਇਸ ਸੱਚਾਈ ਦਾ ਅਹਿਸਾਸ ਹੋਵੇ ਕਿ ਚੀਨ, ਰੂਸ, ਈਰਾਨ, ਪਾਕਿਸਤਾਨ ਅਤੇ ਹੋਰ ਮੁਲਕ ਜੋ ਉਸਨੂੰ ਸਮਰਥਨ ਦੇ ਰਹੇ ਨੇ ਉਸ ਨਾਲ ਉਸਨੂੰ ਕੁਝ ਵੀ ਹਾਸਲ ਨਹੀਂ ਹੋਏਗਾ ਜਦੋਂ ਤੱਕ ਕਿ ਸਾਰੇ ਅਫਗਾਨ ਮਿਲ ਕੇ ਇੱਕ ਸੰਯੁਕਤ ਅਫਗਾਨਿਸਤਾਨ ਬਣਾਉਣ ਦਾ ਫੈਸਲਾ ਨਹੀਂ ਕਰਦੇ ਜੁਲਾਈ 2021 ਵਿੱਚ ਜਿਉਂ ਹੀ ਤਾਲੀਬਾਨ ਹੈਰਾਤ ਸ਼ਹਿਰ ਦੇ ਨੇੜੇ ਪਹੁੰਚਿਆ ਖਾਨ ਨੇ ਸੂਬੇ ਦੇ ਲੋਕਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਕਿਹਾ ਸਾਡੇ ਲੋਕਾਂ ਦਾ ਕਹਿਣਾ ਸਹੀ ਹੈ ਕਿ ਤਾਲਿਬਾਨ ਨੂੰ ਸ਼ਹਿਰ ਦੇ ਨੇੜੇ ਨਹੀਂ ਆਉਣਾ ਚਾਹੀਦਾ ਸੀ। ਹਿਰਾਤ ਵਿੱਚ ਤਾਲਿਬਾਨ ਨਾਲ ਲੜਨ ਵਾਲੇ ਲੋਕਾਂ ਨੂੰ ਲੋੜਿੰਦਾ ਸਮਰਥਨ ਦੇਣ ਵਿੱਚ ਅਸਫਲ ਰਹਿਣ ਲਈ ਉਹਨਾਂ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਸੀ। 4 ਅਗਸਤ ਨੂੰ ਆਰੀਆਨਾ ਨਿਊਜ਼ ਟੀਵੀ ਚੈਨਲ ਤੇ ਇਸ ਬਾਰੇ ਗੱਲ ਕਰਦਿਆਂ ਖਾਨ ਨੇ ਕਿਹਾ ਸਰਕਾਰ ਆਪਣੇ ਵਾਅਦਿਆਂ ਨੂੰ ਸਹੀ ਢੰਗ ਨਾਲ ਪੂਰਾ ਨਹੀਂ ਕਰਦੀ। ਮਿਸਾਲ ਵਜੋਂ ਹਥਿਆਰ ਅਤੇ ਜੋ ਸਹੂਲਤਾਂ ਉਹਨਾਂ ਨੇ ਸਾਨੂੰ ਦੇਣ ਦਾ ਵਾਅਦਾ ਕੀਤਾ ਸੀ ਉਹ ਹੁਣ ਤੱਕ ਸਾਨੂੰ ਨਹੀਂ ਮਿਲੇ। ਹਜ਼ਾਰਾਂ ਨੌਜਵਾਨ ਹਿਰਾਤ ਸ਼ਹਿਰ ਦੀ ਰੱਖਿਆ ਲਈ ਤਿਆਰ ਨੇ। ਇਹ ਰਾਤ ਵਿੱਚ ਤਾਲੀਬਾਨ ਵਿਰੋਧੀ ਫੌਜੀ ਕਾਰਵਾਈ ਦਾ ਕੇਂਦਰ ਸਰਕਾਰ ਅਤੇ ਪ੍ਰਮੁੱਖ ਅਫਗਾਨ ਸਿਆਸੀ ਹਸਤੀਆਂ ਨੇ ਖੁੱਲ ਕੇ ਸਵਾਗਤ ਕੀਤਾ ਹਾਈ ਕੌਂਸਲ ਆਫ ਨੈਸ਼ਨਲ ਰੀਕੰਸਿਲੀਏਸ਼ਨ ਦੇ ਚੇਅਰਮੈਨ ਅਬਦੁੱਲਾ ਅਬਦੁੱਲਾ ਨੇ ਕਿਹਾ ਅਸੀਂ ਆਪਣੇ ਮੁਜਾਹਿਦ ਭਰਾ ਆਮੀਰ ਮੁਹੰਮਦ ਇਸਮਾਇਲ ਖਾਨ ਨਾਗਰੀਕਾਂ ਅਤੇ ਫੌਜੀ ਅਧਿਕਾਰੀਆਂ ਦੀ ਜੰਗੀ ਅਗਵਾਈ ਅਤੇ ਸਾਹਸ ਦੀ ਪ੍ਰਸ਼ੰਸਾ ਕਰਦੇ ਹਾਂ ਅਸੀਂ ਇਸ ਮੁੱਦੇ ਤੇ ਆਪਣੇ ਲੋਕਾਂ ਨਾਲ ਪੂਰੀ ਤਾਕਤ ਨਾਲ ਖੜੇ ਹਾਂ ਜਮiyet-ਏ-ਇਸਲਾਮੀ ਦੇ ਨੇਤਾ ਸਲਾਹਉਦੀਨ ਰੱਬਾਨੀ ਨੇ ਟਿੱਪਣੀ ਕੀਤੀ ਇਹਨਾਂ ਦਿਨੀਂ ਨਾਇਕ ਆਮੀਰ ਮੁਹੰਮਦ ਇਸਮਾਇਲ ਖਾਨ ਦੀ ਅਗਵਾਈ ਵਿੱਚ ਹਿਰਾਤ ਵਿੱਚ ਹੋ ਰਿਹਾ ਬਹਾਦਰ ਲੋਕਾਂ ਦਾ ਪ੍ਰਤੀਰੋਧ ਮਾਣ ਵਾਲੀ ਗੱਲ ਹੈ ਅਤੇ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਸੰਵੇਦਨਸ਼ੀਲ ਮੋੜ ਤੇ ਪਹੁੰਚ ਕੇ ਲੋਕ ਆਪਣੀ ਆਪਣੇ ਮਾਣ ਅਤੇ ਕਦਰਾਂ-ਕੀਮਤਾਂ ਦੀ ਰੱਖਿਆ ਕਰ ਸਕਦੇ ਨੇ ਪਰ ਬੀਤੀ 13 ਅਗਸਤ ਨੂੰ ਅਫਗਾਨਿਸਤਾਨ ਦੇ ਪੱਛਮੀ ਹਿਰਾਤ ਸੂਬੇ ਵਿੱਚ ਲਗਾਤਾਰ ਤਾਲਿਬਾਨ ਖਿਲਾਫ ਜੰਗ ਲੜ ਰਹੇ ਖਾਨ ਨੂੰ ਆਤਮ ਸਮਰਪਣ ਕਰਨਾ ਪਿਆ ਉਹਨਾਂ ਦਾ ਇਹ ਸਮਰਪਣ ਤਾਲਿਬਾਨ ਲਈ ਬਹੁਤ ਖਾਸ ਹੈ ਕਿਉਂਕਿ ਖਾਨ ਇੱਕ ਪੂਰੀ ਫੌਜ ਦੀ ਅਗਵਾਈ ਕਰ ਰਹੇ ਸਨ ਅਤੇ ਉਹਨਾਂ ਦੇ ਜਾਣ ਨਾਲ ਉਹਨਾਂ ਦੀ ਫੌਜ ਦੇ ਹੌਸਲੇ ਵੀ ਪਸਤ ਹੋਣਗੇ। ਖਬਰ ਏਜੰਸੀ ਰਾਇਟਰਸ ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਕਿ ਇੱਕ ਸਮਝੌਤੇ ਦੇ ਤਹਿਤ ਖਾਨ ਅਤੇ ਕੁਝ ਸੁਰੱਖਿਆ ਅਧਿਕਾਰੀਆਂ ਨੂੰ ਤਾਲਿਬਾਨ ਨੂੰ ਸੌਂਪ ਦਿੱਤਾ ਗਿਆ।